ਟੋਲ ਪਲਾਜ਼ਾ ਤੇ ਹੰਗਾਮਾ ਹੋਇਆ। ਦਰਅਸਲ ਟੋਲ ਪਲਾਜ਼ਾ ਤੇ ਜਾਮ ਲੱਗਿਆ ਹੋਇਆ ਸੀ ਤਾਂ ਇਸ ਦੌਰਾਨ ਜਦੋਂ ਸਰਕਾਰੀ ਬੱਸਾਂ ਨਿਕਲ ਰਹੀਆਂ ਸੀ ਤਾਂ ਸਰਕਾਰੀ ਬੱਸਾਂ ਦਾ ਇੱਕ ਕੰਡਕਟਰ ਹੇਠਾਂ ਉੱਤਰ ਆਇਆ ਤੇ ਉਸਨੇ ਟੋਲ ਦਾ ਪੋਲ ਫੜ ਕੇ ਉੱਤੇ ਕਰ ਦਿੱਤਾ ਤੇ ਕਈ ਵਾਹਨਾਂ ਨੂੰ ਲੰਘਾ ਦਿੱਤਾ। ਇਸ ਦੌਰਾਨ ਜਦੋਂ ਟੋਲ ਪਲਾਜ਼ਾ ਦੇ ਉੱਤੇ ਇਹ ਕੰਡਕਟਰ ਟੋਲ ਦਾ ਪੋਲ ਉੱਤੇ ਚੱਕੀ ਖੜਾ ਸੀ ਤਾਂ ਇਸ ਦੌਰਾਨ ਇਸਦੇ ਸਿਰ ਦੇ ਵਿੱਚ ਵੀ ਇਹ ਪੋਲ ਵੱਜਿਆ। ਹਾਲਾਂਕਿ ਜਦੋਂ ਬੱਸਾਂ ਲੰਘ ਰਹੀਆਂ ਸੀ ਤਾਂ ਉਸ ਦੌਰਾਨ ਟੋਲ ਪਲਾਜ਼ਾ 'ਤੇ ਕੰਮ ਕਰਦੀ ਕੁੜੀ ਖੜੀ ਸੀ ਜਿੱਥੇ ਇੱਕ ਰੋਡਵੇਜ਼ ਡਰਾਈਵਰ ਨੇ ਉਸ ਦੇ ਥੱਪੜ ਵੀ ਮਾਰਿਆ ਹੈ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਇਲਜ਼ਾਮ ਇਹ ਲੱਗੇ ਨੇ ਕਿ ਪੰਜਾਬ ਰੋਡਵੇਜ਼ ਦੇ ਡਰਾਈਵਰ ਦੇ ਵੱਲੋਂ ਇਸ ਕੁੜੀ ਦੇ ਜੋ ਟੋਲ ਪਲਾਜ਼ਾ 'ਤੇ ਕੰਮ ਕਰਦੀ ਹੈ ਉਸ ਦੇ ਥੱਪੜ ਮਾਰਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਟੋਲ ਪਲਾਜ਼ਾ ਅਜ਼ੀਜ਼ਪੁਰ ਟੋਲ ਪਲਾਜ਼ਾ ਹੈ ਜੋ ਬਨੂੜ ਦੇ ਨੇੜੇ ਹੈ ਅਤੇ PRTC ਦੇ ਡਰਾਈਵਰ 'ਤੇ ਇਹ ਇਲਜ਼ਾਮ ਲੱਗੇ ਨੇ ਕਿ ਉਸਨੇ ਟੋਲ ਪਲਾਜ਼ਾ 'ਤੇ ਕੰਮ ਕਰਦੀ ਲੜਕੀ ਦੇ ਬੱਸ ਦੇ ਵਿੱਚੋਂ ਚਪੇੜ ਮਾਰੀ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਇਹ ਚੰਡੀਗੜ੍ਹ ਡਿਪੂ ਦੀ ਬੱਸ ਸੀ ਜਿਸ ਦਾ ਨੰਬਰ ਵੀ ਟਰੇਸ ਹੋਇਆ ਹੈ ਤੇ ਬੱਸ ਚੰਡੀਗੜ੍ਹ ਤੋਂ ਪਟਿਆਲੇ ਜਾ ਰਹੀ ਸੀ। ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਰਿਹਾ, ਕਿਉਂ ਡਰਾਈਵਰ ਦੇ ਵੱਲੋਂ ਅਜਿਹਾ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ। ਪਰ ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਟੋਲ ਪਲਾਜ਼ਾ 'ਤੇ ਕਾਫੀ ਜਾਮ ਲੱਗਿਆ ਹੋਇਆ ਸੀ, ਗੱਡੀਆਂ ਖੜੀਆਂ ਸੀ ਤਾਂ ਇਸ ਦੌਰਾਨ ਸਰਕਾਰੀ ਬੱਸ ਦਾ ਇੱਕ ਕੰਡਕਟਰ ਆਉਂਦਾ ਹੈ ਤੇ ਟੋਲ ਵਾਲਿਆਂ ਦਾ ਪੋਲ ਉੱਤੇ ਨੂੰ ਕਰ ਦਿੰਦਾ ਹੈ ਤੇ ਵਾਹਨ ਲੰਘਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜਦੋਂ ਕਈ ਵਾਹਨ ਲੰਘ ਜਾਂਦੇ ਨੇ ਤੇ ਬੱਸਾਂ ਵੀ ਲੰਘ ਰਹੀਆਂ ਹੁੰਦੀਆਂ ਨੇ ਤਾਂ ਉਸ ਦੌਰਾਨ ਜਦੋਂ ਬੱਸ ਲੰਘ ਰਹੀ ਹੁੰਦੀ ਹੈ ਤਾਂ ਇੱਕ ਟੋਲ ਪਲਾਜ਼ਾ 'ਤੇ ਕੰਮ ਕਰਦੀ ਕੁੜੀ ਦੇ ਬੱਸ ਡਰਾਈਵਰ ਬੱਸ ਵਿੱਚ ਜਾਂਦੇ ਜਾਂਦੇ ਹੀ ਥੱਪੜ ਮਾਰ ਦਿੰਦਾ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ, ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿ ਇਸ ਡਰਾਈਵਰ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ ਕਿ ਇਸ ਨੂੰ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ। ਟੋਲ ਪਲਾਜ਼ਾ 'ਤੇ ਹੰਗਾਮਾ ਹੋਇਆ। ਦਰਅਸਲ ਟੋਲ ਪਲਾਜ਼ਾ 'ਤੇ ਜਾਮ ਲੱਗਿਆ ਹੋਇਆ ਸੀ ਤਾਂ ਇਸ ਦੌਰਾਨ ਜਦੋਂ ਸਰਕਾਰੀ ਬੱਸਾਂ ਨਿਕਲ ਰਹੀਆਂ ਸੀ ਤਾਂ ਸਰਕਾਰੀ ਬੱਸਾਂ ਦਾ ਇੱਕ ਕੰਡਕਟਰ ਹੇਠਾਂ ਉੱਤਰ ਆਇਆ ਤੇ ਉਸਨੇ ਟੋਲ ਦਾ ਪੋਲ ਫੜ ਕੇ ਉੱਤੇ ਕਰ ਦਿੱਤਾ ਤੇ ਕਈ ਵਾਹਨਾਂ ਨੂੰ ਲੰਘਾ ਦਿੱਤਾ। ਇਸ ਦੌਰਾਨ ਜਦੋਂ ਟੋਲ ਪਲਾਜ਼ਾ ਦੇ ਉੱਤੇ ਇੱਕ ਕੰਡਕਟਰ ਟੋਲ ਦਾ ਪੋਲ ਉੱਤੇ ਚੱਕੀ ਖੜਾ ਸੀ ਤਾਂ ਇਸ ਦੌਰਾਨ ਇਸਦੇ ਸਿਰ ਦੇ ਵਿੱਚ ਵੀ ਇਹ ਪੋਲ ਵੱਜਿਆ। ਹਾਲਾਂਕਿ ਜਦੋਂ ਬੱਸਾਂ ਲੰਘ ਰਹੀਆਂ ਸੀ ਤਾਂ ਉਸ ਦੌਰਾਨ ਟੋਲ ਪਲਾਜ਼ਾ 'ਤੇ ਕੰਮ ਕਰਦੀ ਕੁੜੀ ਖੜੀ ਸੀ ਜਿੱਥੇ ਇੱਕ ਰੋਡਵੇਜ਼ ਡਰਾਈਵਰ ਨੇ ਉਸ ਦੇ ਥੱਪੜ ਵੀ ਮਾਰਿਆ ਹੈ। ਤਸਵੀਰਾਂ CCTV ਦੇ ਵਿੱਚ ਕੈਦ ਹੋਈਆਂ ਨੇ। ਇਲਜ਼ਾਮ ਇਹ ਲੱਗੇ ਨੇ ਕਿ ਪੰਜਾਬ ਰੋਡਵੇਜ਼ ਦੇ ਡਰਾਈਵਰ ਦੇ ਵੱਲੋਂ ਇਸ ਕੁੜੀ ਦੇ ਜੋ ਟੋਲ ਪਲਾਜ਼ਾ 'ਤੇ ਕੰਮ ਕਰਦੀ ਹੈ ਉਸ ਦੇ ਥੱਪੜ ਮਾਰਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਟੋਲ ਪਲਾਜ਼ਾ ਅਜ਼ੀਜ਼ਪੁਰ ਟੋਲ ਪਲਾਜ਼ਾ ਹੈ ਜੋ ਬਨੂੜ ਦੇ ਨੇੜੇ ਹੈ ਅਤੇ PRTC ਦੇ ਡਰਾਈਵਰ 'ਤੇ ਇਹ ਇਲਜ਼ਾਮ ਲੱਗੇ ਨੇ ਕਿ ਉਸਨੇ ਟੋਲ ਪਲਾਜ਼ਾ 'ਤੇ ਕੰਮ ਕਰਦੀ ਲੜਕੀ ਦੇ ਬੱਸ ਦੇ ਵਿੱਚੋਂ ਚਪੇੜ ਮਾਰੀ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਇਹ ਚੰਡੀਗੜ੍ਹ ਡਿਪੂ ਦੀ ਬੱਸ ਸੀ ਜਿਸ ਦਾ ਨੰਬਰ ਵੀ ਟਰੇਸ ਹੋਇਆ ਹੈ
ਤੇ ਬੱਸ ਚੰਡੀਗੜ੍ਹ ਤੋਂ ਪਟਿਆਲੇ ਜਾ ਰਹੀ ਸੀ। ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਰਿਹਾ, ਕਿਉਂ ਡਰਾਈਵਰ ਦੇ ਵੱਲੋਂ ਅਜਿਹਾ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਏ। ਪਰ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਟੋਲ ਪਲਾਜ਼ਾ ਤੇ ਕਾਫੀ ਜਾਮ ਲੱਗਿਆ ਹੋਇਆ ਸੀ, ਗੱਡੀਆਂ ਖੜੀਆਂ ਸੀ, ਤਾਂ ਇਸ ਦੌਰਾਨ ਸਰਕਾਰੀ ਬੱਸ ਦਾ ਇੱਕ ਕੰਡਕਟਰ ਆਉਂਦਾ ਹੈ ਤੇ ਟੋਲ ਵਾਲਿਆਂ ਦਾ ਪੋਲ ਉੱਤੇ ਨੂੰ ਕਰ ਦਿੰਦਾ ਹੈ ਤੇ ਵਾਹਨ ਲੰਘਾਉਣੇ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਜਦੋਂ ਕਈ ਵਾਹਨ ਲੰਘ ਜਾਂਦੇ ਨੇ ਤੇ ਬੱਸਾਂ ਵੀ ਲੰਘ ਰਹੀਆਂ ਹੁੰਦੀਆਂ ਨੇ, ਤਾਂ ਉਸ ਦੌਰਾਨ ਜਦੋਂ ਬੱਸ ਲੰਘ ਰਹੀ ਹੁੰਦੀ ਹੈ ਤਾਂ ਇੱਕ ਟੋਲ ਪਲਾਜ਼ਾ ਤੇ ਕੰਮ ਕਰਦੀ ਕੁੜੀ ਦੇ ਬੱਸ ਡਰਾਈਵਰ ਬੱਸ ਵਿੱਚ ਜਾਂਦੇ ਜਾਂਦੇ ਹੀ ਥੱਪੜ ਮਾਰ ਦਿੰਦਾ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ, ਤੁਸੀਂ ਵੀ ਦੱਸੋ ਕਮੈਂਟ ਕਰਕੇ ਕਿ ਇਸ ਡਰਾਈਵਰ ਦੇ ਵੱਲੋਂ ਜੋ ਇਹ ਹਰਕਤ ਕੀਤੀ ਗਈ ਹੈ, ਕੀ ਇਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ।